ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਣੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀ ਨਹੀਂ ਬੁਲਾਉਂਦੇ ਭਾਈ ਸਾਹਿਬ ਨੇ, ਕਿੰਨਾ ਜ਼ੋਰ ਲਾਇਆ ਵਾਹਿਗੁਰੂ ਜੀ ਪਾਉਣ ਦਾ, ਆਪਾਂ ਫਤਿਹ ਵੀ ਨਹੀਂ ਬੋਲਦੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਨਾ ਮੈਂ ਗਿਆਨੀ ਹਾਂ ਨਾ ਮੈਨੂੰ ਕੋਈ ਧਿਆਨ ਆਉਂਦਾ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ। ਇੱਕ ਬੇਨਤੀ ਕਰਾਂ, ਮੰਨੋਗੇ? ਥੋੜੇ ਜਿਹੜੇ ਅੱਗੇ ਆ ਜਾਓ, ਥੋੜੇ ਥੋੜੇ ਇੱਥੇ ਆ ਜਾਓ ਲਾਗੇ, ਤੁਸੀਂ ਵੀ ਜੋ ਸਕਦਾ ਤੇ ਭਾਵੇਂ ਇੱਧਰ ਹੀ ਆ ਜਾਓ। ਥੋੜੇ ਹੈਗੇ ਆ ਤੇ ਜਿੰਨੇ ਹੈਗੇ ਆ ਥੋੜਾ ਮਿਲ ਕੇ ਆਪਾਂ ਬੈਠਾਂਗੇ ਨਾ ਤੇ ਥੋੜਾ ਰਸ ਬਣੇ। ਬਹੁਤ ਉਹਨਾਂ ਨੇ ਕਿਰਪਾ ਕੀਤੀ ਆ, ਵਾਹਿਗੁਰੂ ਜੀ ਦਾ ਨਾਮ ਜਪਾਇਆ ਸਤਿਗੁਰੂ ਸੱਚੇ ਪਾਤਸ਼ਾਹ ਦਾ। ਆਪਾਂ ਕਿਉਂ ਲਾਗੇ ਬਹਿਣਾ ਹੈ ਨਾ? ਸਤਿਗੁਰੂ ਕਹਿੰਦੇ ਨੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ। ਜਿਸ ਬੋਲੋ ਸਾਰੇ, ਜਿਸ ਪਾਸ ਬੈਠਿਆ ਸੋਈ। ਜਿਹਦੇ ਪਾਸ ਮੈਨੇ ਨੇੜੇ, ਜਿਹਦੇ ਨੇੜੇ ਬਹਿ ਕੇ ਸੋਹਣੇ ਲੱਗੀਦਾ ਕਿ ਦੂਰ ਬਹਿ ਕੇ? ਪਾਸ ਬੈਠਿਆ ਦਾ ਮਤਲਬ ਕੀ ਹੈ? ਜਿਹਦੇ ਲਾਗੇ ਬਹਿ ਕੇ। ਤੇ ਆਪਾਂ ਤਾਂ ਮੱਥਾ ਟੇਕ ਕੇ ਦੂਰ ਦੂਰ ਭੱਜ ਜਾਂਦੇ ਹਾਂ। ਅੱਛਾ, ਇੱਕ ਮੈਂ ਬੇਨਤੀ ਕਰਾਂ, ਜੇ ਗੁਰੂ ਨਾਨਕ ਦੇਵ ਜੀ ਆਏ ਹੋਣ ਸਰੀਰ ਰੂਪ ਵਿੱਚ, ਜਿੱਦਾਂ ਪਹਿਲਾਂ ਰਹਿੰਦੇ ਸੀ ਦਸ ਰੂਪ ਉਹਨਾਂ ਨੇ ਧਾਰਨ ਕੀਤੇ, ਤੇ ਜੇ ਉਹ ਇੱਥੇ ਤਖ਼ਤ ਤੇ ਬਿਰਾਜਮਾਨ ਹੁੰਦੇ ਤੇ ਫਿਰ ਤੁਸੀਂ ਲਾਗੇ ਬਹਿੰਦੇ ਕਿ ਦੂਰ ਬਹਿੰਦੇ? ਹਾਂਜੀ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸਮਝਦੇ ਗੁਰੂ ਨਾਨਕ, ਇਹ ਤੋਂ ਕਿਉਂ ਦੂਰ ਭੱਜਦੇ ਹੋ? ਨਾਲੇ ਤੁਸੀਂ ਕਹਿੰਦੇ ਹੋ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਤੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਤੇ ਫਿਰ ਇਹ ਵੀ ਤੂੰ ਦੂਰ ਕਿਉਂ ਜਾਂਦੇ ਆ? ਇਹੀ ਤੇ ਗੁਰੂ ਨਾਨਕ ਹੈਗੇ ਨੇ, ਹੋਰ ਕਿਹੜੇ ਗੁਰੂ ਨਾਨਕ ਕੋਲ ਆਉਣੇ ਆ? ਬੋਲੋ ਵਾਹਿਗੁਰੂ, ਇਹੀ ਨੇ। ਬੋਲੋ ਵਾਹਿਗੁਰੂ, ਬੋਲਦੇ ਨੀ? ਵਾਹਿਗੁਰੂ 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 ਵਾਹਿਗੁਰੂ। ਇਹੀ ਗੁਰੂ ਨਾਨਕ ਨੇ, ਇਹੀ ਗੁਰੂ ਅੰਗਦ ਨੇ, ਇਹੀ ਗੁਰੂ ਗੋਬਿੰਦ ਸਿੰਘ ਨੇ, ਇਹੀ ਨਿਰੰਕਾਰ ਨੇ। ਇਹਨਾਂ ਤੋਂ ਅੱਗੇ ਕੋਈ ਹੋਰ ਨਿਰੰਕਾਰ ਨਾ ਲੱਭਦੇ ਫਿਰੋ। ਵਾਹ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਬੜਬਰ ਨਾ ਕੋਈ। ਇਹਦੇ ਵਿੱਚੋਂ ਹੀ ਦਰਸ਼ਨ ਹੋਣੇ ਨੇ। ਰੂੜੀ ਬਾਣੀ ਹਰ ਪਾਇਆ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ। ਜਿਨ੍ਹਾਂ ਦੇ ਅੰਦਰ ਤਾਂਘ ਆ ਪਰਮਾਤਮਾ ਨੂੰ ਮਿਲਣ ਦੀ, ਗੁਰੂ ਸਾਹਿਬ ਕਹਿੰਦੇ ਨੇ ਉਹ ਪ੍ਰੇਮ ਨਾਲ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰਨ। ਪ੍ਰੇਮ ਨਾਲ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਪੜ੍ਹੀ ਨਹੀਂ ਪੀਤੀ, ਦੇਖੋ ਲਫ਼ਜ਼ਾਂ ਨੂੰ ਦੇਖੋ, ਪੜ੍ਹੋ, ਵਿਚਾਰੋ, ਗੁਰਬਾਣੀ ਨੂੰ ਵਿਚਾਰੋ, ਕੀ ਕਹਿ ਰਹੇ ਮਹਾਰਾਜ? ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ, ਬੋਲੋ ਜਿਨ ਪੀਤੀ, ਬੋਲਦੇ ਨੀ, ਜਿਨ ਪੀਤੀ ਤਿਸ ਮੁਖ ਦੁਆਰ। ਜਿਹਨੇ ਪੀਤੀ ਉਹਨੂੰ ਮੁਕਤੀ ਦਾ ਦਰਵਾਜ਼ਾ ਮਿਲਿਆ, ਜਿਹਨੇ ਨਹੀਂ ਪੀਤੀ, ਜਿਹਨੇ ਪੜ੍ਹੀ ਪੀਤੀ ਨਹੀਂ, ਉਹਨੂੰ ਨਹੀਂ ਮਿਲਿਆ। ਜਿਹੜਾ ਪੀਏਗਾ ਨਾ ਉਹਨੂੰ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਰੰਗ ਤਮਾਸ਼ਾ, ਪੂਰਨ ਆਸ਼ਾ ਕਬੇ ਨਾ ਵਿਆਪੇ ਚਿੰਤਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਗਾਵੋ ਆਪਣੇ ਅੰਦਰ ਝਾਤੀ ਮਾਰੀ, ਅਸੀਂ ਗਾਈਏ ਸਾਡੀ ਹਾਲਾਤ ਕਿਉਂ ਇੱਦਾਂ ਦੇ ਬਣੇ ਨੇ, ਅਸੀਂ ਗਾਈ ਨਹੀਂ ਇਹਨੂੰ ਆਪਣੇ ਅੰਦਰ। ਦੇਖੋ ਸਾਰੇ ਜਣੇ, ਮੈਂ ਵੀ ਦੇਖਦਾ, ਤੁਸੀਂ ਵੀ ਦੇਖੋ, ਮੈਂ ਅੱਗੇ ਹੋ ਜਾਣਾ ਥੋੜਾ। ਬੋਲੋ ਵਾਹਿਗੁਰੂ ਵਾਹਿਗੁਰੂ, ਬੋਲੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਦਾ ਹੁਕਮ ਹੈ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ। ਤੁਹਾਨੂੰ ਹੈ ਨਾ ਤੇ ਮੈਨੂੰ ਹੈ ਨਾ, ਸਿੱਖਾਂ ਨੂੰ ਹੁਕਮ ਹੈ ਨਾ ਸਾਰਿਆਂ ਨੂੰ, ਆਪਾਂ ਗਾਈ। ਹੁਕਮ ਮੰਨਿਆ ਗੁਰੂ ਦਾ, ਗੁਰੂ ਨੇ ਕਿਹਾ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮੈਲ ਪਾਏ ਸੀ। ਤੇ ਹੁਕਮ ਤਾਂ ਹੀ ਹੈ, ਗਾਵੋ ਸੱਚੀ ਬਾਣੀ। ਇਹ ਸੱਚੀ ਬਾਣੀ ਗਾਇਓ, ਆਪਾਂ ਗਾਈ ਨਹੀਂ। ਮੈਂ ਸੱਚੀ ਕਹਿ ਰਿਹਾ ਤੁਹਾਨੂੰ, ਮੈਂ ਪਿੰਡਾਂ 'ਚ ਜਾ ਕੇ ਘਰਾਂ 'ਚ ਜਾ ਕੇ ਪੁੱਛਿਆ ਲੋਕਾਂ ਨੂੰ ਵੀ ਬਾਣੀ ਪੜ੍ਹੀ ਹੈ, ਬਾਣੀ ਗਾਈ ਹੈ। 95% ਸਿੱਖਾਂ ਨੇ ਕਦੀ ਇਹਦੇ ਦਰਸ਼ਨ ਵੀ ਨਹੀਂ ਕੀਤੇ, ਇਹਨਾਂ ਅੱਖਾਂ ਨਾਲ ਸਿਰਫ ਮੱਥਾ ਹੀ ਟੇਕਿਆ, ਇਹਦਾ ਕੋਈ ਪੰਨਾ ਖੋਲ ਕੇ ਦੇਖਿਆ ਹੀ ਨਹੀਂ, ਸਿਰਫ ਮੱਥਾ ਟੇਕਿਆ, ਪਰਿਕਰਮਾ ਕੀਤੀ, ਪ੍ਰਸ਼ਾਦ ਲਿਆ, ਲੰਗਰ ਛਕਿਆ, ਘਰ ਨੂੰ ਚਲੇ ਗਈ।
बोलो वाहेगुरु 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 वाहेगुरु। देखो सतगुरु की कहंदे ने अमृत बचन गुर सतगुर की बाणी। बोलो सतगुरां दी बाणी की अमृत बचन। हां जी थोड़ा जा ना रिस्पॉन्स ज्यादा इदा करके सिर सुर मर जा लाओ मैनू पता लगे तुसीं सुणदे पए हो है ना। इदा नहीं भी मैं कोई टेप तो है नहीं भी दब दिती है तैनूं बोली जावां। नहीं मेरा सुभाव थोड़ा जा वखरा आ। मैं चाहुंदा वी तुसीं अधिक कथा तुसीं करो। विचार कथा नहीं है विचार शब्द विचार सब ते उपर गुर शब्द विचार। बाणी बिरलो विचार सी जे को गुरमुख होए ए बाणी महापुरख की निज घर वासा होए। अज सानू साडे विचों बाणी दी विचार खत्म हो रही है ता सिखी थले नूं जा रही है। जे तुसी किते नूं पढ़ो ते विचारो ना थानू कोई दुनिया की ताकत गुमराह नहीं कर सकती। बोलो वाहेगुरु वाहेगुरु वाहेगुरु। बाणी गुरु गुरु है बाणी बाणी गुरु स्पष्ट हो गया। हुण कोई होर गुरु लभण दी लोड़ हैगी? पर फिर असीं बंदिआं मगर क्यों तुरे फिरदे आं? असीं डेरिआं मगर क्यों तुरे फिरदे आं? तुरे फिरदे आं ना कोई आ जाए सानूं गुमराह करके लै जांदा। क्यों? नानक गुरु ना चेतनी मन अपने सुचेत छुट्टे तिल बुआड़ियू सुन्ने अंदर खेत खेते अंदर छुट्टिया कहो नानक सौ ना। जड़े गुरु नूं चेता नहीं करते जड़े गुरु की बाणी की विचार नहीं करते उन्होंने सौ सौ कसम बन जाते हैं सौ मालक बन जाते हैं। वो छुट्टे तिल बुआड़ जी अफल रहिंदे ने उन्होंने कोई फल नहीं लगता सिर्फ सुआह के काम आते हैं साड़न के काम आते हैं। साड़ी जिंदगी विचों बाणी की विचार निकल गए। बोलो वाहेगुरु 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 वाहेगुरु। अमृत बचन गुर सतगुर की बाणी। बोलो अमृत बचन गुर सतगुर की बाणी। जो बोले जड़ा बोलेगा मुख अमृत पावे। बोलो जड़ा बोलेगा मुझ की पाएगा जी आप बोली ते अमृत कितों पी लोगे? तुसी एक अखंड पाठ कराया करांदे हो ना? बोलो अखंड पाठ कौन करता है? पाठी सैन अमृत कौन पी गया? पैसे कौन लै गया? तुसी जो बोले सिद्धांत नूं समझो। मैं किसी खंड पाठ के किसी के खिलाफ नहीं है तुसी सिद्धांत नूं पहला समझो फिर मैं दसना करना की। बोलो वाहेगुरु वाहेगुरु। पहला सिद्धांत समझो जो बोले सो मुख जड़ा बोलेगा मुंह च की पाएगा अमृत कौन पी गया? पढ़न वाले पैसे कौन लै गया? तुसी बोलो वाहेगुरु। दो तरीके से अमृत पीन दे सतगुरु जी ने दो तरीके रखे इस किले दे विच इस मंदिर दे विच इस हरि मंदिर दे विच। जिहड़ा मनुखा शरीर है ना यह हरि मंदिर है। बोलो वाहेगुरु। सच्ची जाने गुरु नानक साहब ने यह चलते फिरते गुरुद्वारे बनाए सी। कला कला सिख गुरुद्वारा बना दिता सी क्यों? अंदर जोत प्रगट होगी। जिथे जोत प्रगट होगी वह की होगा? रब का घर हरिमंदर होगा ना। तो महाराज ने कहा हरिमंदर ए शरीर है। बोलो हरिमंदर ए ज्ञान रतन प्रगट होए। बोलो किथे प्रगट होएगा? इथे ना इथे प्रगट होएगा ना ए फिर गुरुद्वारा हो गया ना। बोलो वाहेगुरु। यही नहीं सानू पता लगा असि सिर्फ इतने आके मत्था टेकते रह गए इस गुरुद्वारे का पता ही नहीं लग्या। बोलो वाहेगुरु 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 वाहेगुरु। दो तरीके ने अमृत पीन दे
ਇਸ ਮੰਦਿਰ ਵਿੱਚ ਤੁਸੀਂ ਅੰਮ੍ਰਿਤ ਛਕ ਸਕਦੇ ਹੋ ਜਾਂ ਤਾਂ ਅੱਖਾਂ ਰਾਹੀਂ ਜਾਂ ਕੰਨਾਂ ਰਾਹੀਂ ਜਾਂ ਨੇਤਰਾਂ ਰਾਹੀਂ ਦਰਸ਼ਨ ਕਰਕੇ ਰਚਨਾ ਰਾਹੀਂ ਬੋਲ ਕੇ ਬੋਲੋ ਵਾਹਿਗੁਰੂ ਛਕੋ ਅੰਮ੍ਰਿਤ ਵਾਹਿਗੁਰੂ ਇਹੀ ਅੰਮ੍ਰਿਤ ਹੈ ਵਾਹਿਗੁਰੂ ਅੰਮ੍ਰਿਤ ਹਰ ਕਾ ਨਾਮ ਹੈ ਮੇਰੀ ਜਿੰਦੜੀਏ ਮਿਲਦਾ ਕਿੱਥੋਂ ਹੈ ਅੰਮ੍ਰਿਤ ਗੁਰਮਤ ਪਾਏ ਰਾਮ ਅੰਮ੍ਰਿਤ ਮਿਲਣਾ ਗੁਰੂਦੁਆਰਿਓਂ ਭੁਲੇਖੇ ਵਿੱਚੋਂ ਨਿਕਲ ਜਾਇਓ ਮੈਂ ਤੁਹਾਡੇ ਨਾਲ ਦੋ ਤਿੰਨ ਦਿਨ ਇੱਥੇ ਮੇਰੀ ਵਿਚਾਰ ਹੈਗੀ ਹੈ ਬੋਲੋ ਵਾਹਿਗੁਰੂ ਕੋਸ਼ਿਸ਼ ਕਰਨੀ ਤੁਹਾਨੂੰ ਪਤਾ ਲੱਗੇ ਨਾਮ ਮਿਲਦਾ ਕਿੱਥੋਂ ਹੈ ਨਾਮ ਤਾਂ ਹੈ ਵਾਹਿਗੁਰੂ ਬੋਲੋ ਵਾਹਿਗੁਰੂ ਇਹ ਨਾਮ ਆ ਕਲੀਅਰ ਹੈ ਇਹਦੇ ਬਾਰੇ ਕੋਈ ਜ਼ਿਆਦਾ ਡਿਸਕਸ ਕਰਨ ਦੀ ਲੋੜ ਨਹੀਂ ਕਿਉਂਕਿ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਪਰ ਇਹ ਮਿਲਦਾ ਕਿੱਥੋਂ ਹੈ ਕਿ ਬੰਦਾ ਦੇ ਸਕਦਾ ਇਕੱਲਾ ਕਿ ਕਿਸੇ ਇੱਕ ਮਨੁੱਖ ਨੂੰ ਹੱਕ ਹੈ ਵੀ ਉਹ ਨਾਮ ਦੇ ਦੇਵੇ ਕਿਸੇ ਨੂੰ ਜਿਹਨੂੰ ਮਰਜ਼ੀ ਦੇ ਦੇਵੇ ਸ਼ਰਾਬੀ ਨੂੰ ਵੀ ਦੇ ਦੇਵੇ ਕੇਸ ਕੱਟੇ ਹੋਣ ਦਾੜੀ ਕੱਟੀ ਹੋਵੇ ਉਹਨੂੰ ਵੀ ਦੱਸ ਦੇਵੇ ਜਪ ਇੱਦਾਂ ਵੀ ਵਿਚਾਰੀ ਨੂੰ ਵੀ ਦੱਸ ਦੇਵੇ ਕਿਸੇ ਨੂੰ ਹੈ ਹੱਕ ਮੈਂ ਦੱਸ ਦੂੰਗੀ ਤੁਹਾਨੂੰ ਗੁਰਬਾਣੀ ਵਿੱਚੋਂ ਜੋ ਮੈਨੂੰ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਜੀ ਨੇ ਬੋਲੋ ਵਾਹਿਗੁਰੂ 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 ਮਹਾਰਾਜ ਕਹਿੰਦੇ ਨੇ ਨਾਮ ਮਿਲੇ ਮਨ ਤ੍ਰਿਪਤੀ ਹੈ ਨਾਮ ਮਿਲੇ ਤਾਂ ਮਨ ਦੀ ਤ੍ਰਿਸ਼ਨਾ ਬੁੱਝੇਗੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਨਾਮ ਮਿਲੇਗਾ ਤੇ ਤਨ ਮਨ ਹਰਿਆ ਹੋਏਗਾ ਮਿਲਣ ਦਾ ਮਤਲਬ ਇਹ ਵੀ ਚੀਜ਼ ਕਿਸੇ ਕੋਲੋਂ ਮਿਲਣੀ ਹੈ ਕੋਈ ਵੀ ਚੀਜ਼ ਕਿਸੇ ਦੂਸਰੇ ਕੋਲੋਂ ਪ੍ਰਾਪਤ ਹੋਣੀ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਬਿਨ ਨਾਮੈ ਤ੍ਰਿਗ ਜੀਵਾਸ ਬਿਨ ਨਾਮੈ ਤ੍ਰਿਗ ਤ੍ਰਿਗ ਸ਼ਬਦ ਜੜਿਆ ਨਾ ਇਹਦਾ ਅਰਥ ਹੈ ਕਿਸੇ ਨੂੰ ਇੱਕ ਵਾਰ ਫਿਟਕਾਰ ਪਾਣੀ ਹੋਏ ਤਾਂ ਕਹਿੰਦੇ ਨੇ ਫਿੱਟੇ ਨੂੰ ਜੇ ਤ੍ਰਿਗ ਕਹਿਣਾ ਹੋਵੇ ਤਾਂ ਕਹਿੰਦੇ ਹਜ਼ਾਰ ਫਿਟਕਾਰ ਮਹਾਰਾਜ ਕਹਿੰਦੇ ਨਾਮ ਤੂੰ ਬਿਨਾਂ ਜੀਵਣਾ ਹਜ਼ਾਰ ਫਿਟਕਾਰ ਬਿਨ ਨਾਮੈ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣ ਤਾਸ ਕੋਈ ਗੁਰਮੁਖ ਮਿਲੇ ਮੈਨੂੰ ਰਸਤਾ ਦੱਸੇ ਕੋਈ ਜਾਨ ਹਰਸੂ ਦੇਵੈ ਜੋਰ ਚਰਨ ਗਹੂੰ ਬਾਕੂ ਸ਼ੁਭ ਰਸਨਾ ਦੀਜੈ ਪ੍ਰਾਣ ਪ੍ਰਾਣਾ ਤੱਕ ਅਰਪਣ ਕਰ ਦਿਆ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿਤਾ ਵਾਹਿਗੁਰੂ 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 ਹਾਂ ਤਿਸ ਵਿਟੋਂ ਚੌਖੰਨੀ ਹੈ ਬੋਲੋ ਹਾਂ ਤਿਸ ਵਿਟੋਂ ਚੌਖੰਨੀ ਹੈ ਕੁਰਬਾਨ ਜਾਵਾਂ ਉਹਦੇ ਤੂੰ ਮੈਂ ਨਾਮ ਕਰੇ ਪ੍ਰਗਾਸ ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦੇਵੇ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਤੇ ਆਏ ਮੇਰੇ ਪ੍ਰੀਤਮਾ ਹਾਂ ਜੀਵਾਂ ਵਾਹਿਗੁਰੂ 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 ਹਾਂ ਜੀਵਾਂ ਨਾਮ ਤੇ ਆਏ ਬਿਨ ਨਾਵੇ ਜੀਵਨ ਨਾ ਥੀਏ ਨਾਮ ਤੋਂ ਬਗੈਰ ਕੋਈ ਜੀਵਨ ਨਹੀਂ ਹੈਗਾ ਜੀ ਰਹੇ ਨੇ ਸੰਸਾਰ ਜੀ ਰਿਹਾ ਹੈ ਪਰ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਜਲ ਜਾਓ ਜੀਵਨ ਨਾਮ ਬਿਨਾਂ ਐਸਾ ਜੀਵਨ ਕੀ ਹੈ ਨਾਮ ਤੋਂ ਬਗੈਰ ਜਲ ਜਾਣ ਹਰ ਬਿਸਰ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੇ ਜਾਕੋ ਉੜ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਰੱਬ ਦੇ ਨਾਮ ਤੋਂ ਬਗੈਰ ਜਿਹੜਾ ਜੀਵਨ ਜੀ ਰਹੇ ਨੇ ਨਾ ਮਹਾਰਾਜ ਕਹਿੰਦੇ ਨੇ ਉਹ ਲੰਬੀ ਉਮਰ ਵਾਲੇ ਸੱਪ ਵਾਂਗ ਹੈ ਜਿਵੇਂ ਸੱਪ ਆਪਣੇ ਜ਼ਹਿਰ ਵਿੱਚ ਜਲਦਾ ਰਹਿੰਦਾ ਇਵੇਂ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਰਹਿੰਦਾ ਬੋਲੋ ਵਾਹਿਗੁਰੂ ਵਾਹਿਗੁਰੂ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਤੇ ਆਏ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਜਪ ਕੇ ਜੀਵਾਂ ਜਪ ਜਪ ਜੀਵਾਂ ਨਾਮ ਹੋਵੇ ਆਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਨਸਣਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਮਹਾਰਾਜ ਕਹਿੰਦੇ ਮੈਂ ਸਾਰਾ ਸੰਸਾਰ ਦੇਖ ਲਿਆ ਨਾਮ ਤੂੰ ਬਿਨਾਂ ਸੁੱਖ ਨਹੀਂ ਲੱਭਣਾ ਨਾਮ ਬਿਨਾਂ ਸੁੱਖ ਨਾ ਹੀ ਸਰ ਪਰ ਹਾਰਿਆ ਆਵੇਂ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੁੱਝੇ ਸਬਾਦ ਜੂਨੀ ਪਰਮਤ ਬੋਲੋ ਵਾਹਿਗੁਰੂ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਪਿਆ ਕਿਸੇ ਕੱਪੜੇ ਵਾਲੇ ਦਾ ਨਾ ਚੇਤਾ ਰੱਖ ਲਿਓ ਵੀ ਸਾਧੂ ਕਿਤੇ ਕੱਪੜੇ ਵਾਲੇ ਨੂੰ ਮੇਰੇ ਵਰਗੇ ਨੂੰ ਚੋਲਾ ਲੰਬਾ ਪਾ ਕੇ ਉਹਨੂੰ ਕਿਹਾ ਨਹੀਂ ਨਹੀਂ ਗੁਰੂ
ਜਿਨਕੋ ਭੈ ਦਿਆਲ ਅਕਾਲ ਪੁਰਖ ਵਾਹਿਗੁਰੂ ਦਿਆਲ ਹੋਇਆ ਜਿਹਦੇ ਤੇ ਤਿੰਨ ਸਾਧੂ ਸੰਗ ਪਿਆ ਉਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਤੇ ਫਿਰ ਕੀ ਉਹਨੇ ਕੀਤਾ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਣੀ ਜਪ ਲਿਆ ਜਦੋਂ ਗੁਰੂ ਦੀ ਸੰਗਤ ਮਿਲੀ ਪੰਜਾਂ ਪਿਆਰਿਆਂ ਕੋਲ ਗਿਆ ਪੰਜਾਂ ਪਿਆਰਿਆਂ ਨੇ ਸਿਰ ਤੇ ਹੱਥ ਰੱਖ ਕੇ ਨਾਮ ਦ੍ਰਿੜ ਕਰਵਾਇਆ ਤੇ ਕਿਹਾ ਜਾ ਬੱਚੇ ਸਾਸ ਸਾਸ ਜਪੀ ਬੋਲੋ ਵਾਹਿਗੁਰੂ 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 ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਤੇ ਆਏ ਬੋਲੋ ਮੇਰੇ ਪ੍ਰੀਤਮਾ ਵਾਹਿਗੁਰੂ ਜੀਵਾਂ ਹਾਂ ਜੀਵਾਂ ਨਾਮ ਤੇ ਆਏ ਹਾਂ ਜੀਵਾਂ ਨਾਮ ਤੇ ਆਏ ਬਿਨ ਨਾਵੈ ਜੀਵਨ ਨਾ ਥੀਐ ਬਿਨ ਨਾਵੈ ਨਾਮ ਤੋਂ ਬਗੈਰ ਕੋਈ ਜੀਵਨ ਹੈ ਹੀ ਨਹੀਂ ਮਤ ਜਾਣੋ ਜਗ ਜੀਵਦਾ ਦੂਜੇ ਪਾਏ ਮੋਈ ਆਸ ਗੁਰੂ ਸਾਹਿਬ ਕਹਿੰਦੇ ਬਾਣੀ ਚ ਕਹਿੰਦੇ ਮਤਾ ਜਾਣੋ ਇਹ ਸੰਸਾਰ ਜਿਉਂਦਾ ਪਿਆ ਜਿਉਂਦਾ ਨਹੀਂ ਮਰਿਆ ਹੋਇਆ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਈ ਹੁਣ ਇਹ ਨਾਮ ਮਿਲਦਾ ਕਿੱਥੋਂ ਹੈ ਨਾਮ ਅਮੋਲਕ ਰਤਨ ਹੈ ਬੋਲੋ ਹੈ ਕਿੱਥੇ ਗੁਰੂ ਸਾਹਿਬ ਨੂੰ ਪੁੱਛੋ ਨਾ ਜਦੋਂ ਸ਼ਬਦ ਵਿਚਾਰ ਕਰੋਗੇ ਨਾ ਪੂਰਾ ਸ਼ਬਦ ਵਿਚਾਰ ਕਰੋਗੇ ਤੁਹਾਨੂੰ ਆਪੇ ਪਤਾ ਲੱਗੀ ਜਾਏਗਾ ਕਿੱਥੋਂ ਮਿਲਣਾ ਨਾਮ ਅਮੋਲਕ ਰਤਨ ਹੈ ਬੜਾ ਕੀਮਤੀ ਹੀਰਾ ਹੈ ਬੜਾ ਕੀਮਤੀ ਰਤਨ ਹੈ ਨਾਮ ਜਿਹਦਾ ਕੋਈ ਮੁੱਲ ਹੈ ਹੀ ਨਹੀਂ ਬੋਲੋ ਵਾਹਿਗੁਰੂ ਸਾਰੀ ਦੁਨੀਆਂ ਦੀ ਦੌਲਤ ਇੱਕ ਪਾਸੇ ਰੱਖ ਦਿਓ ਤੇ ਇੱਕ ਵਾਰ ਵਾਹਿਗੁਰੂ ਕਹਿ ਦਿਓ ਉਹਦੇ ਬਰਾਬਰ ਨਹੀਂ ਹੈਗੀ ਬੋਲੋ ਵਾਹਿਗੁਰੂ 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 ਪਰ ਹੋਇਆ ਕੀ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਗਾਹਕ ਤੋਂ ਬਗੈਰ ਕੱਖਾਂ ਦਾ ਵਿਕ ਰਿਹਾ ਹੈ ਰਤਨ ਗੁਰੂ ਬੋਲੋ ਵਾਹਿਗੁਰੂ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਤੇ ਜਦੋਂ ਗੁਰੂ ਕੋਲੋਂ ਇਹ ਰਤਨ ਮਿਲਿਆ ਨਾ ਤੇ ਰਤਨ ਬਿਕਾਨੂ ਲਾਖਾ ਉਦੋਂ ਉਹੀ ਕੱਖਾਂ ਵਾਲਾ ਲੱਖਾਂ ਦਾ ਹੋ ਗਿਆ ਜਿੰਨੇ ਚਿਰ ਗੁਰੂਮੁਖ ਤੂੰ ਨਹੀਂ ਸੁਣਦੇ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਮਨਮੁਖ ਭਗਤ ਕਰੇ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ ਰਾਮ ਆ ਸਾਡੀ ਪ੍ਰੋਬਲਮ ਕੀ ਹੈ ਅਸੀਂ ਪੰਜਾਂ ਪਿਆਰਿਆਂ ਕੋਲ ਜਾਣਾ ਹੀ ਨਹੀਂ ਚਾਹੁੰਦੇ ਕੋਈ ਡੇਰੇ ਕਿਉਂ ਬਣ ਰਹੇ ਨੇ ਅਸੀਂ ਬੰਦਿਆਂ ਦੇ ਮਗਰ ਕਿਉਂ ਭੱਜੇ ਫਿਰਦੇ ਹਾਂ ਸਸਤਾ ਸੌਦਾ ਮਿਲ ਜਾਵੇ ਸਸਤਾ ਮਿਲ ਜਾਂਦਾ ਨਾ ਉਹ ਕਹਿੰਦੇ ਨਹੀਂ ਸ਼ਰਾਬ ਛੱਡ ਉਹ ਕਹਿੰਦੇ ਨਹੀਂ ਕੇਸ ਰੱਖ ਉਹ ਕਹਿੰਦੇ ਨਹੀਂ ਬੋਲੋ ਵਾਹਿਗੁਰੂ ਉਹ ਕਹਿੰਦੇ ਨਹੀਂ ਕੁਛ ਨਹੀਂ ਕਹਿੰਦੇ ਕਹਿੰਦੇ ਬਸ ਤੂੰ ਵਾਹਿਗੁਰੂ ਖੈ ਤੇ ਜਿਹੜੀ ਕਮਾਈ ਲਿਆਉਣਾ ਨਾ ਉਹਦੇ ਵਿੱਚੋਂ ਸਾਨੂੰ ਦੇ ਦਿਆ ਕਰ ਸੱਚੀ ਦੱਸੋ ਤੁਹਾਨੂੰ ਕਦੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਜਿਹੜੇ ਤੂੰ ਪੈਸੇ ਕਮਾਉਣਾ ਮੈਨੂੰ ਦੇ ਦਿਆ ਕਰ ਇਹ ਸੱਚਾ ਗੁਰੂ ਹੈ ਦਾਤਾ ਹੈ ਦਾਤਾ ਕਦੀ ਮੰਗਦਾ ਨਹੀਂ ਹੁੰਦਾ ਚੇਤਾ ਰੱਖੇ ਇੱਕ ਗੱਲ ਜਿੱਦਣ ਇਹ ਮੰਗਣ ਲੱਗ ਗਿਆ ਇਹ ਵੀ ਦਾਤਾ ਨਹੀਂ ਰਹਿਣਾ ਇਹ ਦਿੰਦਾ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਇਹ ਦਿੰਦਾ ਹੀ ਰਹੇਗਾ ਦਿੰਦਾ ਹੀ ਰਹੇਗਾ ਦਿੰਦਾ ਹੀ ਰਹੇਗਾ ਦਾਤਾ ਹੈ ਨਾ ਤੇ ਨਾਲੇ ਜਿੰਦ ਦਾ ਦਾਤਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰਾ ਸਰਵ ਪ੍ਰਤਿਪਾਲੇ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਗਾ ਸੀ ਨਾਮ ਅਮੋਲਕ ਰਤਨ ਹੈ ਬੋਲੋ ਪਤਾ ਲੱਗ ਜਾਣਾ ਬੜਾ ਅਮੋਲਕ ਹੀਰਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਜਿਹਦੇ ਕੋਲ ਆ ਜਾਂਦਾ ਨਾ ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ ਵਾਹਿਗੁਰੂ 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 ਬੋਲੋ ਬੋਲੋ ਵਾਹਿਗੁਰੂ 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 ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ
से मर्दन में गुआर। जाको नाम ना दिया मेरे सतगुर बंदे ने नहीं, जिन्हों मेरे सतगुर ने नाम नहीं दिता, जिन्हों पंजा प्यारे ने नाम नहीं दिता, जेडे पंजा प्यारे को गए ही नहीं, से मर्जन में गुवारा, जिथे मर्जी जप दे। बोलो वाहेगुरु वाहेगुरु वाहेगुरु। नाम अमोलक रतन है, बोलो। पुछो गुरु साहब नू किथे है, फिर अगो दसन गए पूरे सतगुर पास, फिर बोलो पूरे सतगुर पास। पता लग गया जी, किसे बंदे कोल तां नहीं, किदे कोल है, पूरे सतगुर पास। एवें ना बंदा मगर तुरे फिरे हो, मैनू की जिन्हें तुरना तुरिया रवे। साडा काम है ये जो गुरु ने सानू दसिया, सच उपदेश सेवक को दे। इत्थे बैठ के साडा फर्ज है सच्चा उपदेश संगत नू दृढ़ कराना, नहीं तो बड़ी कुट पैनी अगे जाके। बोलो वाहेगुरु। उपदेश करने वाला छुटना नहीं। बोलो वाहेगुरु वाहेगुरु। उपर तलवार लटकदी पई है, अबर उपदेश है आप ना करे, आवत जावत जन्मे मरे। बोलो वाहेगुरु। पाठ पढ़े पर लोक सुनावे, अपना कह आप ना कमावे, पंडित वेद विचार पंडित, मन का क्रोध निवार पंडित। हृदय राम नहीं पूर्ण रहत। बोलो वाहेगुरु वाहेगुरु। लोगों नु उपदेश कराना बड़ा सौखा है, पर उस उपदेश नु कमाना बहुत औखा काम है। बोलो वाहेगुरु। नाम अमोलक रतन है पूरे सतगुर पास, नाम अमोलक रतन है पूरे। पक्का हो गया जी, किथे है अमोलक रतन, किदे कोल है, पंजा प्यारे कोल है। एक नूं अधिकार नहीं दिता किसे नूं भी, भी जा तू दस ऐदा जपो, किसे नूं नहीं दिता एक नूं अधिकार। पंजा प्यारे नूं गुरु ग्रंथ साहब दी हजूरी च मत्था टेक के गुरगद्दी दित्ती सी गुरु ग्रंथ साहब नूं। जोत गुरु ग्रंथ साहब विच है ते जो जुगत पंजा प्यारियां कोल है, जोत गुरु ग्रंथ साहब विच है ते जुगत पंजा प्यारियां कोल है, पूरे सतगुर पास। ते मिलदा किवें है, सतगुर सेवै लगे आ। बोलो कड रतन देवै प्रगास। सतगुर की सेवा करो, सचे सतगुर की सेवा करोगे ना, सेवा ही तो नहीं करते पे ना, सतगुर की सेवा विसरी क्यों मन रहे हजूर। बोलो वाहेगुरु। कदी जोड़े झाड़े जे, कदी झूठे बर्तन मांजे जे संगत दे, कसी कदी किसी गरीब दे मुंह च रोटी पाई। बोलो ना, कदी किसी गरीब नू ठरदे नू उहदे पैर नंगे होण जुत्ती लैके दित्ती। कदी किसी गरीब कोल कपड़ा ना होवे उहदे तन ते पाया जे कोई चोला लैके। बोलो ना। बोलो वाहिगुरु 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 वाहिगुरु। सतगुर की सेवा विसरी। हुण ते घर भी साडे जदों प्रोग्राम हुंदा है ना, जो तुसी पंजाब जाओ जिथे भी जाओ देखो उत्थे की हुंदा है, बहरे कर लैने आपां लंगर नहीं बनाउंदे, आपां कोई सेवा नहीं करदे, पाठ भी नहीं करदे, सच्ची सेवा भी नहीं करदे, भी आप ही कर लिए सहज पाठ अपने घर रख लिए। नहीं तो पाठ रखाया, खंड पाठ रखाया तो सोनी लीए सारा टब्बर बह के, गुरु नानक घर आए ने तो बोलते पे सोनी लीए, तो क्यों मन रहे हजूर। फिर मन हजूरी च किवें रहे। बोलो वाहिगुरु वाहिगुरु। रहेगा जी, सतगुर की सेवा विसरी। बोलो सतगुर की सेवा, क्यों मन रहे हजूर। इत्थे गुलक च पैसे पाए। बोलो वाहिगुरु। राशन लियांदा, थोड़ा आटे का भी लियांदा, किचन च चला गया, पर किचन च खादा किन्ने है। हां जी बोलो। लंगर च किन्ने खादा है, आपे खा लिया,
ਆਪਣੇ ਆਪ ਨੂੰ ਦਾਨ ਕਰਤਾ। ਮੈਂ ਲੰਗਰ ਬੰਦ ਨਹੀਂ ਕਰ ਰਿਹਾ, ਮੈਂ ਤਾਂ ਕੋਈ ਵੀ ਭਾਈ ਸੁਰਜੀਤ ਸਿੰਘ ਆਏ ਸੀ ਕਹਿੰਦੇ ਲੰਗਰ ਬੰਦ ਕਰ ਦਿਓ, ਕੋਈ ਨਹੀਂ ਦੁਨੀਆ ਦੀ ਤਾਕਤ ਬੰਦ ਕਰ ਸਕਦੀ, ਇਹ ਚੱਲਦੇ ਰਹਿਣੇ ਨੇ। ਬੋਲੋ ਵਾਹਿਗੁਰੂ। ਪਰ ਸੋਚੋ ਇਹ ਹੈ ਕਿਹਦੇ ਲਈ ਨੇ? ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੱਜ ਕੇ ਬੋਲੋ ਵਾਹਿਗੁਰੂ, ਵਾਹਿਗੁਰੂ। ਜਿਹੜਾ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੂੰ 20 ਰੁਪਏ ਦਿੱਤੇ ਸੀ ਪਿਤਾ ਜੀ ਨੇ, ਦਿੱਤੇ ਸੀ ਨਾ, ਲੋਕਾਂ ਨੇ ਸਾਖੀਆਂ ਹੋਰ ਤਰ੍ਹਾਂ ਬਣਾਈਆਂ ਨੇ। ਕੋਈ ਵੀ ਆਪਣੇ ਨਲਾਇਕ ਬੱਚੇ ਨੂੰ 20 ਰੁਪਏ ਨਹੀਂ ਦਿੰਦਾ, ਕਰੋੜ ਰੁਪਇਆ ਦਿੰਦੇ ਹੋ ਤੁਸੀਂ, ਤੁਹਾਡਾ ਬੱਚਾ ਤੁਹਾਨੂੰ ਪਤਾ ਹੋਵੇ ਕੰਮ ਦਾ ਨਹੀਂ, ਦੇ ਦਿਓਗੇ ਤੁਸੀਂ? ਬੜੇ ਸਿਆਣੇ ਸੀ ਉਹਨਾਂ, ਜੋ ਜਿੱਦਾਂ ਕੋਈ ਸਿਆਣਾ ਹੈ ਹੀ ਨਹੀਂ। ਪਤਾ ਨਹੀਂ ਕਿਵੇਂ ਇਹਦੀਆਂ ਸਾਖੀਆਂ ਬਣਾ ਬਣਾ ਕੇ ਤੁਹਾਨੂੰ ਸੁਣਾਤੀਆਂ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਸਿਆਣਾ ਸੀ ਨਾ, ਲਿਖਿਆ ਆ, ਪਤਾ ਨੀ ਕਿਵੇਂ ਦਾ ਦਿਖਾਤਾ ਜੀ, ਉਹ ਜੀ ਏਦਾਂ ਜੀ, ਉਹ ਖਵਾਇਆ ਜੀ, 20 ਰੁਪਈਏ ਖਵਾਇਆ ਜੀ ਪਿਓ ਨੇ ਜੀ। ਬੋਲੋ ਵਾਹਿਗੁਰੂ, ਵਾਹਿਗੁਰੂ। ਕਹਿੰਦਾ ਮੈਂ ਸੱਚਾ ਸੌਦਾ ਕਰਕੇ ਆਇਆ। ਪਿਤਾ ਕਹਿੰਦਾ ਦੁਕਾਨ ਪਾਲਾ। ਬੋਲੋ ਵਾਹਿਗੁਰੂ। ਤੇ ਬਾਪੂ ਕਹਿੰਦਾ ਗੁਰੂ ਨਾਨਕ ਸਾਹਿਬ ਸਾਡਾ ਬਾਪੂ, ਸਾਡਾ ਬਾਪੂ। ਉਹਦਾ ਬਾਪੂ ਕਹਿੰਦਾ ਦੁਕਾਨ ਪਾਲਾ, ਤੇ ਸਾਡਾ ਬਾਪੂ ਗੁਰੂ ਨਾਨਕ ਸਾਹਿਬ ਕੀ ਕਹਿੰਦਾ? ਕਹਿੰਦਾ ਝੂਠ ਦੀਆਂ ਦੁਕਾਨਾਂ ਅੱਗੇ ਬੜੀਆਂ ਪਈਆਂ ਨੇ। ਪਿਤਾ ਜੀ ਜੇ ਮੈਂ ਇੱਕ ਹੋਰ ਝੂਠ ਦੀ ਦੁਕਾਨ ਪਾ ਲਵਾਂ ਤੇ ਕੀ ਵਾਧਾ ਏ? ਮੈਂ ਜਿਹੜੀ ਦੁਕਾਨ ਪਾਉਣ ਲੱਗਾ ਨਾ, ਜੁੱਗਾਂ ਤੱਕ ਸੌਦਾ ਮਿਲੇਗਾ ਇੱਥੋਂ ਸੱਚ ਦਾ। ਬੋਲੋ ਵਾਹਿਗੁਰੂ। ਜਿਹੜੀ ਹੱਟੀ ਗੁਰੂ ਨਾਨਕ ਸਾਹਿਬ ਨੇ ਪਾਈ ਹੈ ਨਾ, ਇਹ ਜੁੱਗਾਂ ਜੁਗਾਤਰਾਂ ਤੱਕ, ਜੁਗ ਜੁਗ ਪੀੜੀ ਚੱਲੇ ਗੁਰ ਸਤਿਗੁਰ ਕੀ, ਤੇ ਇੱਥੋਂ ਸੌਦਾ ਕਿਹੜਾ ਮਿਲਦਾ? ਸੱਚ ਦਾ, ਸੱਚ ਉਪਦੇਸ਼ ਸੇਵਕੋ ਦੇ। ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇੱਥੇ ਕੀ ਸਿਖਾਇਆ ਜਾਂਦਾ? ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਬੋਲੋ, ਕਿਵ ਸਚਿਆਰਾ ਹੋਈਐ, ਕਿਵ ਕੂੜੈ। ਜੇ ਸਚਿਆਰ ਨਾ ਹੋਏ ਤੇ ਪਰਮਾਤਮਾ ਸੱਚ ਕੇ ਝੂਠ? ਬੋਲੋ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ। ਤੇ ਸੱਚ ਵਿੱਚ ਝੂਠ ਰਲ ਜਾਏਗਾ ਤੇ ਆਪਾਂ ਨੂੰ ਜਿਉਂਦੇ ਜੀ ਸਚਿਆਰ ਬਣਨਾ ਪਏਗਾ ਜੀ ਉਹਦੇ ਚ ਰਲਣੇ ਤੇ? ਬੋਲੋ ਨਾ। ਤੇ ਜੇ ਸਚਾਰ ਨਾ ਬਣੇ ਤਾਂ ਕਿੱਥੇ ਜਾਵਾਂਗੇ ਫਿਰ? ਕੁੜਿਆਰ ਕੁੜਿਆਰੀ ਜਾਏ ਰਲੇ। ਬੋਲੋ, ਜੇ ਮੈਂ ਝੂਠਾ ਵਾਂ ਤਾਂ ਕਿੱਥੇ ਜਾਵਾਂਗਾ? ਝੂਠ ਮੰਡਲੀ ਚ। ਬੋਲੋ ਵਾਹਿਗੁਰੂ, ਵਾਹਿਗੁਰੂ। ਤੇ ਜਿਉਂਦੇ ਜੀ ਸਚਾਰ ਬਣਨਾ ਪੈਣਾ। ਜਪਜੀਤ ਪੜਿਆ ਕਰੋ ਨਾ, ਜਪਜੀਤ ਪੜੋ ਨਾ ਪੰਕਤੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ। ਤੇ ਅਗਲੀ ਪੰਕਤੀ ਚ ਉਤਰ ਵੀ ਦੇਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਹੁਕਮ ਰਜਾਈ ਕੀ ਹੈ? ਵੀ ਗੁਰੂ ਦੇ ਹੁਕਮ ਚ ਆ ਜਾ। ਤੇ ਗੁਰੂ ਦਾ ਹੁਕਮ ਕੀ ਹੈ? ਪ੍ਰਥਮ ਰਹਿਤ ਜੇ ਜਾਣ, ਖੰਡੇ ਕੀ ਪੌਲ ਛਕੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਹੁਣ ਤੁਹਾਨੂੰ ਤਾਂ ਉਹੀ ਚੰਗਾ ਲੱਗੇਗਾ ਨਾ ਜਿਹੜਾ ਕਹੇਗਾ ਉਹ ਤੁਹਾਨੂੰ ਮੈਂ ਨਾਮ ਦੇ ਦਿੰਦਾ, ਜਿਹੜਾ ਤੁਹਾਨੂੰ ਇਹ ਕਹੇਗਾ ਵੀ ਕੋਈ ਲੋੜ ਨਹੀਂ ਪੰਜਾਂ ਪਿਆਰਾਂ ਕੋਲ ਜਾਣ ਦੀ, ਆਓ ਮੈਂ ਤੁਹਾਨੂੰ ਦੱਸ ਦਿੰਦਾ। ਬੋਲੋ ਵਾਹਿਗੁਰੂ। ਰਾਧਾ ਸਵਾਮੀ ਕੀ ਕਹਿੰਦੇ ਨੇ? ਆਓ ਤੁਹਾਨੂੰ ਅਸੀਂ ਨਾਮ ਦੇ ਦਿੰਦੇ ਹਾਂ। ਉਹ ਲਾਈਟਾਂ ਵਾਲਾ ਕੀ ਕਹਿੰਦਾ ਸੀ ਜਿਹਦੀਆਂ ਆਪਣੀਆਂ ਲਾਈਟਾਂ ਬੁੱਝ ਗਈਆਂ ਨੇ? ਪਤਾ ਤੁਹਾਨੂੰ, ਫਰਿੱਜ ਚ ਲੱਗਾ ਆਪਣੀਆਂ ਲਾਈਟਾਂ ਬੁੱਝ ਗਈਆਂ, ਲੋਕਾਂ ਦੀਆਂ ਜਗਾਉਂਦਾ ਸੀ। ਬੋਲੋ ਵਾਹਿਗੁਰੂ, ਵਾਹਿਗੁਰੂ। ਬੁੱਝ ਗਈਆਂ ਕਿ ਨਹੀਂ? ਲੋਕਾਂ ਨੂੰ ਕਹਿੰਦਾ ਸੀ ਆਹ ਤੁਹਾਡੀਆਂ ਲਾਈਟਾਂ ਜਗਾ ਦਿਆਂ, ਹੁਣ ਜਗਾ ਕੇ ਦੱਸ। ਉਹ 2 ਇੰਚ ਜਗ੍ਹਾ ਵੀ ਨਹੀਂ ਮਿਲੀ ਧਰਤੀ ਤੇ, ਇੰਨਾ ਪਾਪੀ ਏ। ਅਕਾਲ ਪੁਰਖ ਨੇ ਜਗ੍ਹਾ ਨਹੀਂ ਦਿੱਤੀ ਅਜੇ ਤੈਨੂੰ ਸਾੜਨ ਵਾਸਤੇ, ਜਗ੍ਹਾ ਵੀ ਨਹੀਂ ਦਿੱਤੀ ਅਕਾਲ ਪੁਰਖ ਨੇ ਇਸ ਧਰਤੀ ਤੇ। ਬੋਲੋ ਵਾਹਿਗੁਰੂ। ਬਰਾਬਰੀ ਕਰਦਾ ਸੀ ਨਾ, ਕਰੇ ਬਰਾਬਰ ਜੋ ਪਿਆ ਮਾਨੇ, ਮੂਰਖ ਕੀ ਅਠੀਸਾ। ਗੁਰੂ ਦੀ ਬਰਾਬਰੀ ਕਰਦਾ, ਮੈਂ ਦੇ ਦਾਂਗਾ, ਆਹ ਮੈਂ ਤੁਹਾਡੀਆਂ ਲਾਈਟਾਂ ਜਗਾ ਦਾਂਗਾ। ਕੂੜੇ ਮੂਰਖ ਕੀ ਅਠੀਸਾ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਕੋਈ ਰਹਿਤ ਨਹੀਂ ਨਾ, ਕੋਈ ਬੰਧਨ ਨਹੀਂ, ਲੋਕ ਉਧਰ ਨੂੰ ਜਾਣਗੇ ਜਿੱਥੇ ਸਸਤਾ ਸੌਦਾ ਮਿਲਦਾ। ਬੋਲੋ ਵਾਹਿਗੁਰੂ। ਇੱਥੇ ਤਾਂ ਉਹਨੇ ਕਿਹਾ ਰਹਿਣੀ ਰਹੇ, ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ, ਮੈਂ ਉਹਦਾ ਨੌਕਰ। ਖਾਲਸਾ ਮੇਰੋ ਮੁੱਖ ਹੈ ਅੰਗਾ,
खालसे के हों साध साध संगा, मोख है अंगा, समझ लगी? मूह मोख है ना, मेन मूह ही है ना साडा, धौन वढ़दी है तो बाड़ी नहीं पछाणी जाती, बांह भी वढ़ दो तो बांह नहीं पछाणी जाती कि दी है, इथों मूह तो ही पछाणिया जाता बंदा, होर किसी अंग तू नहीं पछाणिया जाता। बोलो वाहिगुरु। तो गुरु ने कहा जरा मेरा खालसा होगा ना, सिख होगा ना, वह मूह मेरे वर्गा होगा, खालसा मेरा मुख है, शीशे अगे खलो के वेख लियो, गुरु वर्गा मुख हैगा तो फिर गुरु दे सिख। पर तुसी तो उधर जाओगे ना, जड़े कहणगे भी आ जा। बोलो वाहिगुरु, 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 वाहिगुरु। ते गुरु नानक साहब कहिंदे ने बिन गुर पूरे नाहीं उधार। बोलो बिन गुर पूरे, बाबा नानक आखे ए विचार, बाबा नानक आखे। कुंभे बद्दा जल रहे जल बिन, ज्ञान का बद्दा मन रहे गुर बिन, बंदा कड़ा ज्ञान दे देगा? जड़ा थानू बंदा आके कहेगा ना मैं हुआ कोई हो, बोलो वाहिगुरु। जड़ा बंदा आके कहेगा ना मैं थानू ज्ञान दे देना, झूठ बोलता जे, क्योंकि बाणी कहती भी गुर बिन ज्ञान ना होए, गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे, गुरु बिन, बोलो गुरु बिन, ते गुरु कोल तो गए ही नहीं, बंदे मगर तुरे फिर दे। बोलो वाहिगुरु, वाहिगुरु। तो मुक्ति कितों लवोगे? गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन, बोलो ना हुणे दस्या जी, गुरु बिन मुक्त ना पावे, गुरु बिन, पक्का कर लो अपने मन च, मुक्ति गुरु तो बगैर नहीं मिलनी। बोलो वाहिगुरु, 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 वाहिगुरु। ये भी महाराज दसते ने सानू, ये सौदा है कित्थे? मार कहिंदे सौदा एक हट है, भी पच्ची पंजा हट्टियां नहीं है गियां, ये सौदा इको ही हट्टी तू मिलदा है, सौदा एक हट है। बोलो, पता लग जाए ना थानू, मैं बाणी पढ़ के सुना रहा, मैं वो कथा नहीं करता, वो गल्लां नहीं मैनू आउंदियां, मैं थानू आत पई आ साखियां सुखियां सुन दी, वो कुछ नहीं है एदे चुल अपने सिख्या चू। बोलो वाहिगुरु, जदों उधार होना है ना सिख्या नाल होना है, साखियां नाल नहीं होना। बोलो वाहिगुरु, वाहिगुरु। सिख्या पढ़िया करो, सिख्या विचारिया करो, गुर की साखी की जी अमृत बाणी, पीवत ही परवान पया, गुर की साखी अमृत बाणी पीवत ही। कहते मैं सारे गुरु ग्रंथ साहब चो पढ़ के दस दौ जिथे लिखा हो, तू गुरु की साखी सुन, गुरु दाखियां सुन के तू परवान हो गए। साखी का मतलब होंगे सिख्या, गुर की साखी गुरु की सिख्या, केड़ी अमृत बाणी, ये गुरु की सिख्या सारी, पीवत ही प्रवान पाया, जदों तू इन्हू पीती जब तू इन्हू मनी उस वेले प्रवान हो गया। बोलो वाहिगुरु। दर दर्शन का प्रीतम होवे, मुक्त बैकुंठे करे क्या, की करना सी मुक्त नू, सानू नहीं स्वर्ग चाहिदा, साडा आही स्वर्ग है, साध संगत सच खंड विच सतगुर पुरख वसे नंकार, जूंदे जी ते संगत चाहे नहीं ते मरण तो बाद सचखंड लभ देने। बोलो वाहिगुरु, वाहिगुरु। हम मन तन खोजी पाल पलाई, क्यों प्यारा प्रीतम मिले मेरी माई, मिल सत संगत खोज दसाई, विच संगत हर प्रभ वसै जियो। वसदा पिया ना, यही वारत यही थोड़े अंदर। बोलो वाहिगुरु, 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 वाहिगुरु। सतगुर सेवै लग्या कड रतन देवै परगास। बोलो ते सेवा कीती नहीं कोई। बोलो वाहिगुरु, वाहिगुरु,
ਉੱਥੇ ਕਿਸਾਨ ਭੁੱਖੇ ਮਰ ਗਏ, ਜ਼ਹਿਰ ਖਾ ਕੇ ਮਰ ਗਏ, ਮਰ ਗਏ ਨੇ ਨਾ, ਪੜ੍ਹਦੇ ਹੋ? ਤੇ ਜੇ ਆਟਾ ਉੱਥੇ ਭੇਜ ਦਿੰਦੇ ਤੁਸੀਂ ਨਾ ਖਾਂਦੇ, ਤੁਸੀਂ ਤਾਂ ਰੱਜੇ ਹੋ। ਭੁੱਖਿਆਂ ਨੂੰ ਭੇਜ ਦਿੰਦੇ ਕੜੀ ਚੌਲ ਨਾ ਖਾਂਦੇ ਆਪ? ਜੇ ਕੋਈ ਮੇਰੇ ਵਰਗਾ ਕਹੇਗਾ ਤਾਂ ਗੁੱਸਾ ਲੱਗੇਗਾ। ਬੋਲੋ ਵਾਹਿਗੁਰੂ। ਕਿਸੇ ਨੂੰ ਤਾਂ ਬੋਲਣਾ ਹੀ ਪਏਗਾ ਨਾ, ਬੋਲਣਾ ਪਏਗਾ ਨਾ, ਕਿਸੇ ਨੂੰ ਤਾਂ ਰਸਤਾ ਦੱਸਣਾ ਹੀ ਪਏਗਾ। ਮੰਨਣਾ ਨਾ ਮੰਨਣਾ ਤੁਹਾਡੀ ਖੁਸ਼ੀ ਆ, ਆਪਾਂ ਕੀ ਕਰ ਸਕਦੇ? ਬੋਲੋ ਵਾਹਿਗੁਰੂ, 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 ਵਾਹਿਗੁਰੂ। ਜੇ ਉੱਥੇ ਆਟਾ ਭੇਜ ਦਿੰਦੇ ਕੋਈ ਗਰੀਬ ਬਚ ਜਾਂਦਾ, ਕਿਸੇ ਦਾ ਪਰਿਵਾਰ ਬਚ ਜਾਂਦਾ। ਹਾਂਜੀ, ਚੰਗਾ ਸੀ ਕਿ ਨਹੀਂ? ਤੁਸੀਂ ਤਾਂ ਘਰ ਖਾਂਦੇ ਹੀ ਹੋ। ਮੈਂ ਤੁਹਾਨੂੰ ਪੁੱਛਿਆ ਸੀ ਨਾ, ਜਿਹੜਾ ਪਹਿਲਾ ਲੰਗਰ ਲਾਇਆ ਸੀ ਗੁਰੂ ਨਾਨਕ ਸਾਹਿਬ ਨੇ, ਕਿਹਨੂੰ ਖੁਆਇਆ ਸੀ? ਹਾਂਜੀ, ਭੁੱਖਿਆਂ ਨੂੰ, ਭੁੱਖਿਆਂ ਨੂੰ ਖੁਆਇਆ ਸੀ। ਉਹ ਸਾਧੂ ਜਦੋਂ ਅਸੀਂ ਕਹਿ ਦਿੰਦੇ ਹਾਂ ਤਾਂ ਕਈ ਬਣ ਕੇ ਬਹਿ ਕੇ ਫਿਰ ਟੋਲੇ, ਉਹ ਕਹਿੰਦੇ ਭੁੱਖਿਆਂ ਸਾਧੂਆਂ ਨੂੰ ਖੁਆਇਆ ਸੀ, ਸਿੱਖੋ ਸਾਨੂੰ ਸਾਧੂਆਂ ਨੂੰ ਦਿਓ, ਅਸੀਂ ਸਾਧੂ ਹਾਂ। ਤੇ ਤੁਹਾਡੀ ਸਾਰੀ ਕਮਾਈ ਡੇਰਿਆਂ 'ਚ ਚਲ ਗਈ, ਗੁਰਦੁਆਰੇ ਖਾਲੀ ਹੋ ਗਈ। ਬੋਲੋ ਵਾਹਿਗੁਰੂ। ਤੁਸੀਂ ਗੁਰਦੁਆਰਿਆਂ 'ਚ ਨਹੀਂ ਆਉਂਦੇ, ਤੁਹਾਡੀਆਂ ਕਾਰਾਂ ਡੇਰਿਆਂ ਨੂੰ ਦੌੜਦੀਆਂ ਨੇ, ਗੁਰਦੁਆਰੇ ਖਾਲੀ ਹੋ ਰਹੇ ਨੇ। ਬੋਲੋ ਵਾਹਿਗੁਰੂ। ਕਸੂਰ ਵੀ ਸਾਡਾ ਏ, ਪ੍ਰਮੋਟ ਵੀ ਅਸੀਂ ਕਰਦੇ ਹਾਂ ਪਹਿਲਾਂ, ਫਿਰ ਜਦੋਂ ਉਹਨਾਂ ਦੀ ਪ੍ਰਮੋਸ਼ਨ ਹੋ ਜਾਂਦੀ ਨਾ ਸੰਗਤ ਵਿੱਚ ਉਹਨਾਂ ਦਾ ਹੋ ਜਾਂਦਾ, ਫਿਰ ਆਪਣਾ ਡੇਰਾ ਬਣਾ ਕੇ ਬਹਿ ਜਾਂਦੇ ਨੇ, ਤੇ ਸਾਰੀ ਸੰਗਤ ਫਿਰ ਉੱਥੇ ਤੁਰ ਜਾਂਦੀ ਏ, ਤੇ ਫਿਰ ਗੁਰਦੁਆਰਿਆਂ ਵਾਲੇ ਵੇਖਦੇ ਰਹਿ ਜਾਂਦੇ ਨੇ। ਮੈਨੂੰ ਇੱਕ ਬਾਬਾ ਕਹਿੰਦੇ ਸੀ, ਕਹਿੰਦਾ ਤੁਹਾਡੇ ਕੋਲ ਰਹਿ ਕੇ ਗਿਆ ਗੁਰਦੁਆਰੇ 'ਚ ਮੱਖੀਆਂ? ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ, ਵਾਹਿਗੁਰੂ। ਇੱਥੇ ਆ ਜਾਓ ਵਾਪਸ, ਇਹ ਆਵਾਜ਼ਾਂ ਮਾਰਦਾ ਤੁਹਾਨੂੰ, ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿ ਸੇਤੀ ਘਰ ਆਓ, ਇਹ ਤੁਹਾਨੂੰ ਆਵਾਜ਼ਾਂ ਮਾਰਦਾ, ਉਹ ਨਹੀਂ ਮਾਰਦੇ। ਬੋਲੋ ਵਾਹਿਗੁਰੂ। ਇਹ ਕਹਿੰਦਾ ਭਾਈ ਰੇ ਰਾਮ ਕਹੋ ਚਿੱਤ ਲਾਏ, ਇਹ ਕੀ ਕਹਿੰਦਾ? ਭਾਈ ਰੇ ਰਾਮ ਕਹੋ, ਕੀ ਕਿਹਾ ਤੁਹਾਨੂੰ ਭਾਈ? ਭਾਈ ਕਿਹਾ ਨਾ, ਤੇ ਬਾਬਾ ਕੀ ਕਹਿੰਦਾ ਤੁਹਾਨੂੰ? ਚੇਲਾ। ਕਿਸੇ ਬਾਬੇ ਦੇ ਜਾਓਗੇ ਤਾਂ ਕੀ ਬਣੋਗੇ? ਚੇਲਾ। ਤੇ ਇਹ ਕੀ ਬਣਾਉਂਦਾ? ਭਾਈ। ਤੇ ਭਾਈ ਤੇ ਅਸੀਂ ਬਣਨਾ ਨਹੀਂ ਨਾ। ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਮੈਂ ਆਪਣੇ ਪਿੰਡ ਪੜ੍ਹਾਉਂਦਾ ਸੀ ਬੱਚਿਆਂ ਨੂੰ, ਨਿੱਕੇ ਨਿੱਕੇ ਬੱਚਿਆਂ ਨੂੰ, 3-4 ਸਾਲ 5 ਸਾਲ ਹੋ ਚੱਲੇ ਨੇ, ਰਿਟਾਇਰ ਹੋ ਗਿਆ ਮੈਂ। ਬੋਲੋ ਵਾਹਿਗੁਰੂ। ਤੇ ਉਹ ਬੱਚਿਆਂ ਨੂੰ ਮੈਂ ਜਪਜੀ ਸਾਹਿਬ ਉਹ ਏਦਾਂ ਉਹਨਾਂ ਨੂੰ ਪੜ੍ਹਾਉਣਾ, ਤੇ ਮਾਵਾਂ ਤੇ ਪਿਤਾ ਪਤਾ ਕੀ ਕਹਿੰਦੇ? ਅਸੀਂ ਆਪਣੇ ਬੱਚਿਆਂ ਨੂੰ ਭਾਈ ਥੋੜਾ ਬਣਾਉਣਾ, ਜੇ ਤੇ ਜਸਦਾਰ ਤੇ ਵਿਹਲਾ ਹੈਗਾ, ਦੀ ਪੈਨਸ਼ਨ ਲੱਗੀ ਆ, ਵਿਹਲਾ ਹੈਗਾ, ਤੇ ਅਸੀਂ ਭਾਈ ਥੋੜਾ ਬਣਾਉਣਾ। ਤੇ ਮੈਂ ਪੁੱਛਿਆ ਫਿਰ ਕੀ ਬਣਾਉਣਾ? ਬਦਮਾਸ਼ ਬਣਾਉਣਾ, ਲੁੱਟਣ ਵਾਲੇ ਬਣਾਉਣਾ, ਡਾਕਟਰ ਬਣਾਉਣਾ, ਗੁਰਦੇ ਕੱਢ ਕੇ ਵੇਚ ਲਏ ਲੋਕਾਂ ਦੇ, ਥਾਣੇਦਾਰ ਬਣਾਉਣਾ? ਕਿਸੇ ਮਾਂ ਦਾ ਪੁੱਤ ਮਰਿਆ ਹੋਵੇ ਤੇ ਕਹੇ ਮੈਨੂੰ 50,000 ਦੇ, ਫਿਰ ਰਿਪੋਰਟ ਲਿਖਣੀ ਹੈ? ਕੀ ਬਣਾਉਣਾ? ਬੋਲੋ ਵਾਹਿਗੁਰੂ। ਭਾਈ ਤੇ ਬਣਾਉਣਾ ਸੀ, ਸਾਰਿਆਂ ਨਾਲ ਭਰਾਵਾਂ ਵਾਲਾ ਸਲੂਕ ਕਰਦਾ, ਸਾਰਿਆਂ 'ਚ ਇੱਕ ਪਰਮੇਸ਼ਰ ਨੂੰ ਜਾਣਦਾ, ਕਿਰਤ ਸੁੱਚੀ ਸੁੱਚੀ ਕਰਦਾ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਮੈਂ ਇੱਥੇ ਬਰਮਿੰਘਮ ਸੀਗਾ ਇੰਗਲੈਂਡ ਦੇ ਵਿੱਚ, ਤੇ ਮੈਨੂੰ ਇੱਕ ਗੁਰਸਿੱਖ ਪਿਆਰਾ ਗੱਡੀ ਤੇ ਦੂਜੇ ਸ਼ਹਿਰ ਛੱਡਣ ਜਾਣਾ ਸੀ, ਉਹਨੇ ਦੀਵਾਨ ਲਾਉਣਾ ਸੀ ਦੂਜੇ ਗੁਰਦੁਆਰੇ, ਤੇ ਮੈਨੂੰ ਛੱਡਣ ਗਿਆ ਤੇ ਮੈਂ ਉਹਨੂੰ ਵੈਸੇ ਹੀ ਪੁੱਛ ਲਿਆ, ਮੈਂ ਕਿਹਾ ਬੱਚੇ ਤੂੰ ਕਰਦਾ ਕੀ ਹੈ, ਕੰਮ ਕੀ ਕਰਦਾ? ਤੇ ਕੁਦਰਤੀ ਹਸਪਤਾਲ ਦੇ ਕੋਲੋਂ ਲੰਘ ਰਹੇ ਸੀ, ਬਰਮਿੰਘਮ ਵਿੱਚ ਜਿਹੜਾ ਆਈ ਹੋਸਪਿਟਲ ਹੈ ਉਹਦੇ ਕੋਲੋਂ ਲੰਘ ਰਹੇ ਸੀ ਕੁਦਰਤੀ, ਤੇ ਮੈਨੂੰ ਕਹਿੰਦਾ ਆਈ ਹੋਸਪਿਟਲ ਦਾ ਮੈਂ ਸਰਜਨ ਆ। ਗੁਰਸਿੱਖ ਗਾਤਰਾ ਪਾਇਆ, ਦਸਤਾਰੇ ਸਜਾਏ, ਖੰਡਾ ਲਾਇਆ, ਮਨ 'ਚ ਖੁਸ਼ੀ ਹੋਈ ਵੀ ਗੁਰਸਿੱਖ ਬਣਾਇਆ ਮਾਣੇ, ਏਡੇ ਵੱਡੇ ਹੋਸਪਿਟਲ ਦਾ ਸਰਜਨ ਲੱਗਿਆ ਏ। ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਤੁਸੀਂ ਕੀ ਬਣਾਇਆ? ਭਾਈ ਨਹੀਂ ਬਣਾਇਆ ਤੇ ਅੱਜ ਮਾਈ ਬੁੱਢੇ ਕਿੱਥੇ ਨੇ? ਬਿਰਧ ਘਰਾਂ 'ਚ। ਬੋਲੋ ਨਾ, ਕਾਰਨ ਕੀ ਏ? ਉਹਨਾਂ ਨੂੰ ਸਿੱਖਿਆ ਹੀ ਨਹੀਂ ਦਿੱਤੀ, ਜੋ ਦੇਣਾ ਸੀ ਉਹ ਦਿੱਤਾ ਹੀ ਨਹੀਂ। ਬੋਲੋ ਵਾਹਿਗੁਰੂ,
जब जिस खोना से सिखाया ही नहीं, उन्होंने दसा ही नहीं, मां प्यो पर हर करे दान, बेईमान अज्ञान पुरानी। जड़ा मां प्यो की सेवा नहीं करता, भाई गुरदास जी लिखते ने बेईमान, उस तो वड्डा होर कोई बेईमान ही नहीं है। उदा दसवां किवें खुल जाएगा, उदा अनहद किवें वजेगा, वह सचखंड किवें चल जाएगा, जिंदे माता पिता नरकां च पाया होया, जिन्हें जन्म दिता उसकी सेवा नहीं की, बोलो वाहिगुरु चल जाएगा। फिर भाई गुरदास क्यों लिखते ने पै, पूरी पौड़ी तुसी पढ़ लियो, इथों कढ़ लियो जे, मां प्यो पर हर करे दान, बेईमान अज्ञान पुराणी। जिन्हें मर्जी तोड़े चुकी फिरे, जिन्हें मर्जी गोल किच पैसे पा जे, बोलो वाहिगुरु 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 वाहिगुरु। असी तो चंदवाई चढ़ाना है ना, सवा लख दा, मैं खिलाफ नहीं हाँ, मैं थोड़े नाल सिद्धांत की गल कर रहा, समझ जाओ। चंदोवा तो हजार दो हजार का भी प्रवान कर लेगा गुरु, जे वह लख रुपया वह बंदा जरा मर गया जहर खा के जिदा परिवार रुल गया, जे तुसी वह लख रुपया उन्हू दे देंदे तो गुरु ज्यादा खुश होंदा होंदा कि नहीं। हां जी तुसी कदी सुनिया है भी गरीब का मूंह गुरु दी, सुनिया कदी? तो वह तो खाली रह गई है, गुरु की गोलक तो खाली रह गई है, कोई पाया पैसा गरीब के मूंह च? बोलो ना, तो वह तो खाली है फिर, ताई तो तुसी वधे नहीं। बोलो वाहिगुरु 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 वाहिगुरु। किसी ने सार ना लई, बोलो वाहिगुरु वाहिगुरु। अज पंजाब विच क्रिश्चन बन रहे ने लोग, सिखां दे परिवार क्रिश्चन बन रहे ने, क्यों? असी सार लैनी नहीं, असी स्टेजा खाली छड़ देनियां ने, तो फिर किसी ने तो आना ही है ना उत्थे, जब तुसी किसी नूं पुछना ही नहीं जाके की हाल है तेरा। बोलो ना फिर तुहाडे कोल कि क्यों क्यों आएगा कोई? गुरु नानक साहब ने की किया है, बौलियां नहीं सी लवाईया, सरोवर नहीं सी बनाए, पिंगलियां लिया अस्पताल नहीं सी बनाए, मनुखता की सेवा नहीं सी कीती? बोलो ना, दुनिया में थोड़ी मगर लग गई सी। जो मनुखता की सेवा नहीं करोगे उदा ही पड़ी जाओगे, तेरे भाणे सरबत दा भला, यह तो मूंह नाल कहया तू, तेरे एक्शन च हैगा, तेरे हथां च भला हैगा सरबत दा। बोलो वाहिगुरु वाहिगुरु। उत्तों तुहानू ठगण वाले बतेरे आ जांदे ने, बोलो वाहिगुरु 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 वाहिगुरु। आने वाले जवाना च आपां दो तिन फिर गल करांगे, इह अनहद शब्द की आ, इह दसवां द्वार की आ, इह किवें खुलेगा कि वाहिगुरु वाहिगुरु करांगे, गुरु की रहत नहीं रखांगे, गुरु दे पाने विच नहीं चलांगे, तो की कला वाहगुरु वाहगुरू करा। अखा पवित्र नहीं होणगियां, कन्न पवित्र नहीं होणगे, मूंह पवित्र नहीं होएगा, नौ दरवाजे पवित्र नहीं होणगे, दसवां किवें खुल जाएगा? अखा मैलियां ने प्राय रूप दिखदियां ने, दसवां किवें खुल जाएगा? कन्न मैले ने प्राय निंदा सुनदे ने, अनहद किवें वजेगा? आने वाली दीवान च गल करांगे फिर, गल नूं समा हो गया, थोड़ा गिरा गया। बोलो वाहगुरु वाहगुरु वाहिगुरु वाहिगुरु। एवें किसी ने कहा तेरिया लाइटा जगा दें, असं उधर तुर गए, यह लाइटा नहीं जगा सकता। बोलो बोलो वाहिगुरु 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 वाहिगुरु। गुरसाखी जोत जगाए दीवा बालिया, गुरसाखी जोत जगाए दीवा बालिया। पता लग गया
ਗੁਰੂ ਦੀ ਸਿੱਖਿਆ ਨਾਲ ਆਪਣੇ ਅੰਦਰ ਜੋਤ ਜਗਾਈ ਤੇ ਚਾਨਣ ਹੀ ਚਾਨਣ ਹੋ ਗਿਆ। ਜੇ ਗੁਰੂ ਦੀ ਸਿੱਖਿਆ ਨਹੀਂ ਪੜ੍ਹੀ, ਗੁਰੂ ਦੀ ਸਿੱਖਿਆ ਨਹੀਂ ਵਿਚਾਰੀ, ਗੁਰੂ ਦੀ ਸਿੱਖਿਆ ਨਹੀਂ ਮੰਨੀ ਤੇ ਦੀਵਾ ਕਿਵੇਂ ਜਗੇਗਾ? ਬੋਲੋ ਵਾਹਿਗੁਰੂ। ਜਗ ਜਾਏਗਾ ਦੀਵਾ? ਬੋਲੋ ਵਾਹਿਗੁਰੂ। ਜੋਤ ਹੀ ਨਹੀਂ ਤਾਂ ਦੀਵਾ ਕਿਵੇਂ ਜਗੇਗਾ? ਗੁਰਸਾਖੀ ਜੋਤ ਜਗਾਏ, ਇਹਨੂੰ ਪਾੜੇ ਦਾ ਅੱਖਰ ਅੱਖਰ ਪਾੜੇ ਦਾ, ਇਹਦੇ ਅੱਖਰ ਅੱਖਰ ਲਾਈਨ ਲਾਈਨ ਨੂੰ ਵਿਚਾਰ ਕੇ ਆਪਣੇ ਅੰਦਰ ਲਿਆ। ਇੱਥੇ ਪ੍ਰਕਾਸ਼ ਹੈ ਨਾ, ਇੱਥੇ ਕਿਰਾਏ ਦਾ ਪ੍ਰਕਾਸ਼ ਉਹ ਕਿਵੇਂ ਹੋਏਗਾ? ਇਹਨਾਂ ਨੇਤਰਾਂ ਨਾਲ ਪੜ੍ਹ ਕੇ, ਇਹਨਾਂ ਸਰਵਣਾਂ ਨਾਲ ਸੁਣ ਕੇ, ਇਸ ਰਸਨਾ ਨਾਲ ਜਪ ਕੇ। ਇਹ ਐਸਾ ਭੋਜਨ ਹੈ ਜੀਭ ਨਾਲ ਤਿਆਰ ਹੁੰਦਾ ਤੇ ਕੰਨਾਂ ਰਾਹੀਂ ਖਾਇਆ ਜਾਂਦਾ। ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਐਵੇਂ ਚੱਕਰ ਚ ਨਾ ਪੈਰੋ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਤੂੰ ਬੋਲ ਰਿਹਾ ਵਾਹਿਗੁਰੂ, ਇਹਨੂੰ ਸੁਣ ਵਾਹਿਗੁਰੂ, ਸੁਣ ਗੁਰਮੁਖ, ਸੁਣ ਗੁਰਮੁਖ ਨਾਮ, ਸਭ ਬਿਨਸੇ ਹਉਮੈ ਪਾਪਾ ਰਾਮ। ਤੂੰ ਗੁਰਮੁਖ ਬਣ ਕੇ ਇਸ ਵਾਹਿਗੁਰੂ ਨੂੰ ਸੁਣ, ਤੂੰ ਪੰਜਾਂ ਪਿਆਰਿਆਂ ਕੋਲ ਜਾ, ਉੱਥੋਂ ਪਹਿਲਾਂ ਗੁਰਮੁਖ ਦੀ ਪਦਵੀ ਲੈ, ਤੇਰੇ ਸਿਰ ਤੇ ਹੱਥ ਰੱਖਣਗੇ, ਤੈਨੂੰ ਨਾਮ ਦ੍ਰਿੜ ਕਰਾਉਣਗੇ। ਗੁਰਕੀਨੀ ਕਿਰਪਾ ਹਰ ਨਾਮ ਦਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰਕੀਨੀ ਕਿਰਪਾ ਹਰ ਨਾਮ ਦਿਓ, ਸਤਿਗੁਰ ਦਾਤੇ ਨਾਮ ਦ੍ਰਿੜਾਇਆ, ਮੁਖ ਮਸਤਕ ਭਾਗ ਸੁਭਾਗੇ। ਸੇ ਵੱਡ ਭਾਗੀ, ਵੱਡ ਭਾਗੀਆ ਜੋ ਆਏ ਮਿਲੇ ਗੁਰਪਾਸ। ਉਹ ਵੱਡੇ ਭਾਗਾਂ ਵਾਲਿਆਂ ਤੋਂ ਵੀ ਵੱਡੇ ਭਾਗਾਂ ਵਾਲੇ ਜਿਹੜੇ ਪੰਜਾਂ ਪਿਆਰਿਆਂ ਕੋਲ ਚਲੇ ਗਏ, ਜਿਹੜੇ ਗੁਰੂ ਨੂੰ ਆ ਕੇ ਮਿਲੇ। ਅਜੇ ਤਾਂ ਮੱਥਾ ਟੇਕ ਕੇ ਚਲੇ ਗਏ ਨਾ, ਮਿਲੇ ਤਾਂ ਨਹੀਂ ਨਾ? ਬੋਲੋ ਵਾਹਿਗੁਰੂ, ਮਿਲੇ ਹੋ? ਮਿਲਣਾ ਕੀ ਸੀ? ਆ ਕੇ ਗੱਲਾਂ ਕਰੀ ਦੀਆਂ ਨੇ, ਆ ਕੇ ਗੁਰੂ ਦੀ ਗੱਲ ਸੁਣੀ ਦੀ ਹੈ। ਬੋਲੋ ਵਾਹਿਗੁਰੂ, ਵਾਹਿਗੁਰੂ। ਇਹਦਾ ਪੰਨਾ ਖੋਲ ਕੇ ਦੇਖਣਾ, ਇਹਦੇ ਦਰਸ਼ਨ ਕਰਨੇ ਨੇ। ਇਹਦੇ ਦਰਸ਼ਨ ਇਹ ਨਹੀਂ ਵੀ ਇਹਦੇ ਦੁਆਲੇ ਤੁਸੀਂ ਪਰਿਕਰਮਾ ਕੀਤੀ ਤੇ ਉੱਥੋਂ ਮੱਥਾ ਟੇਕਿਆ ਤੇ ਪ੍ਰਸ਼ਾਦ ਲਿਆ ਤੇ ਬਾਹਰ ਤੁਰ ਗਏ ਤੇ ਥੱਲੇ ਜਾ ਕੇ ਲੰਗਰ ਛਕਿਆ ਤੇ ਦਰਸ਼ਨ ਹੋ ਗਏ। ਕੁਛ ਵੀ ਨਹੀਂ ਹੋਇਆ, ਰੁਮਾਲਿਆਂ ਦੇ ਦਰਸ਼ਨ ਹੋਏ ਨੇ, ਪਾਲਕੀ ਦੇ ਦਰਸ਼ਨ ਹੋਏ ਨੇ। ਉਹਦੇ ਦਰਸ਼ਨ ਤੇ ਖੋਲ ਕੇ ਕਰਨੇ ਸੀ, ਪੰਨਾ ਚੁੱਕ ਕੇ ਦੇਖਣਾ ਸੀ, ਉਹਨੂੰ ਮਿਲਣਾ ਸੀ ਆਣ ਕੇ। ਬਾਪੂ ਮੈਂ ਆਇਆ ਤੈਨੂੰ ਮਿਲਣ, ਤੇਰੇ ਨਾਲ ਗੱਲ ਕਰਨ ਆਇਆ ਵਾ, ਕੋਈ ਦੱਸ ਨਾ ਮੇਰਾ ਜੀਵਨ ਕਿਵੇਂ ਬਦਲੇ, ਮੈਂ ਕੁੜਿਆਰ ਤੂੰ ਸਚਿਆਰ ਕਿਵੇਂ ਹੋ ਜਾਵਾਂ। ਸਮਾਂ ਹੋ ਗਿਆ, ਬਾਕੀ ਫਿਰ ਕੱਲ ਨੂੰ ਮਾਰੇ ਕਿਰਪਾ ਕਰੇ ਆਇਓ, ਹੋਰਨਾਂ ਨੂੰ ਵੀ ਲੈ ਕੇ ਆਇਓ, ਹਨਾ। ਉਦੋਂ ਮੈਂ ਕਈ ਵਾਰੀ ਦੇਖਦਾ ਵਾਂ ਕੋਈ ਆ ਜਾਵੇ, ਚੁੰਮਟਾ ਵਜਾਉਣ ਵਾਲਾ ਕੋਈ ਆ ਜਾਵੇ, ਫਿਰ ਤੁਸੀਂ ਬੜੇ ਖੁਸ਼ ਆ, ਹਨਾ। ਕੋਈ ਹੋਰ ਗੱਲ ਦੱਸੇ ਕੋਈ ਕੰਮ ਦੀ, ਫਿਰ ਨਹੀਂ, ਫਿਰ ਨਹੀਂ। ਮੈਂ ਕਿਸੇ ਦੇ ਖਿਲਾਫ਼ ਨਹੀਂ, ਪਰ ਸਮਾਂ ਬਣੇਗਾ ਫਿਰ ਤੁਹਾਨੂੰ ਮੇਰੀ ਗੱਲ, ਅੱਜ ਦੀ ਕਹੀ ਹੋਈ ਗੱਲ ਤੁਹਾਨੂੰ ਉਹ ਦਿਨ ਯਾਦ ਆਏਗੀ, ਜਦੋਂ ਇਹ ਚਿਮਟਿਆਂ ਲਈ ਵੱਖਰੇ ਡੇਰਾ ਬਣਾ ਕੇ ਬਹਿ ਜਾਂਦੇ ਨੇ ਨਾ, ਤੇ ਸਾਰੀ ਸੰਗਤ ਫਿਰ ਉੱਧਰ ਤੁਰ ਜਾਂਦੀ ਹੈ, ਫਿਰ ਅਸੀਂ ਰੋਂਦੇ ਹਾਂ, ਪਿੱਟਨੇ ਹਾਂ, ਗੁਰਦੁਆਰੇ ਚ ਕੋਈ ਨਹੀਂ ਆਉਂਦਾ। ਬਰਾਬਰ ਮੰਜੀਆਂ ਲਾ ਕੇ ਬਹਿ ਜਾਂਦੇ ਨੇ, ਪਹਿਲਾਂ ਨਹੀਂ ਅਸੀਂ ਸੋਚਦੇ, ਪਤਾ ਨਹੀਂ ਸਾਨੂੰ ਸੋਚ ਕਿੱਥੇ ਸਾਡੀ ਟਿੱਕੀ ਹੋਈ ਹੈ। ਅਸੀਂ ਸਾਰਾ ਕੁਛ ਗੁਆ ਕੇ ਨਾ ਬਾਅਦ ਚ ਜਾਗਦੇ ਹਾਂ। ਗੁਰੂ ਨੇ ਕਿਹਾ ਸੀ ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਗੁਰੂ ਨੇ ਆਪਣੇ ਸਿੱਖ ਨੂੰ ਗਿਆਨੀ ਬਣਾਇਆ ਸੀ। ਫਿਰ ਪਤਾ ਲੱਗੇਗਾ ਇਹ ਕੀ ਹੋ ਰਿਹਾ। ਮੈਂ ਇੰਗਲੈਂਡ ਤੋਂ ਆਇਆ, ਹੁਣ ਸਾਰੇ ਗੁਰਦੁਆਰਿਆਂ ਰੋਂਦੇ ਨੇ ਪੈਸੇ ਤੇ ਹੱਥ ਰੱਖ ਕੇ, ਸਾਰੀ ਸੰਗਤ ਡੇਰੇ ਚ ਚਲ ਗਈ। ਭਾਈ ਸਾਹਿਬ ਜੀ ਗੁਰਦੁਆਰੇ ਖਾਲੀ ਹੋ ਗਏ ਨੇ, ਮੈਨੂੰ ਕਹਿੰਦੇ ਸੀ ਹੁਣ ਬੋਲੋ। ਮੈਂ ਕਿਹਾ ਮੈਂ ਕੀ ਬੋਲਾਂ ਹੁਣ, ਪਹਿਲਾਂ ਤਾਂ ਤੁਸੀਂ ਮੈਨੂੰ ਬੋਲਣ ਨਹੀਂ ਸੀ ਦਿੰਦੇ ਹੁੰਦੇ, ਮੇਰੇ ਲਈ ਸਟੇਜ ਬੰਦ ਕੀਤੀ ਹੋਈ ਸੀ ਤੁਸੀਂ ਪਹਿਲਾਂ, ਵੀ ਇਹ ਸੱਚ ਬੋਲ ਦਿੰਦਾ। ਹੁਣ ਮੈਨੂੰ ਕਹਿੰਦੇ ਸੀ ਵਾਪਸੀ ਤੇ ਫਿਰ ਸਾਡੇ ਗੁਰਦੁਆਰੇ ਹਫ਼ਤਾ ਫਿਰ ਲਾ ਕੇ ਜਾਓ। ਮੈਂ ਹੁਣ ਕੁਛ ਨਹੀਂ ਹੋਣਾ, ਅਪਸਤਾਏ ਕਿਆ ਕੀ ਕਰੋਗੇ, ਵੇਲਾ ਵਿਆਹ ਗਿਆ, ਸਾਰਾ ਕੁਛ ਕਰ ਲਿਆ। ਦਿਓ ਇਹਨਾਂ ਨੂੰ ਗੁਰਦੁਆਰਿਆਂ ਚ, ਗੁਰਦੁਆਰਿਆਂ ਚ ਇਹਨਾਂ ਨੂੰ ਦਿਓ ਕੁਛ ਸ਼ਬਦ ਦੀ ਵਿਚਾਰ ਦਿਓ, ਇਹ ਭੁੱਲਣ ਨਾ, ਰਸਤਾ ਦੱਸੋ ਇਹਨਾਂ ਨੂੰ, ਦਿਖਾਓ ਰਸਤਾ ਗੁਰਦੁਆਰੇ ਚ। ਆਹ ਰਸਤਾ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਪੰਜਾਂ ਪਿਆਰਿਆਂ ਕੋਲ ਨਾਮ ਲੈ ਕੇ ਇੱਥੇ ਜਪੋ, ਇੱਥੇ ਹੀ ਖੁੱਲ ਜਾਏਗਾ ਅਣਹਦ ਸ਼ਬਦ। ਗੁਰਦੁਆਰੇ ਚ ਬੈਠੇ ਹੀ ਦਸਵਾਂ ਦਵਾਰ ਖੁੱਲ ਜਾਏਗਾ, ਨਾ ਖੁੱਲੇਗਾ ਤੇ ਚੁਰਾਹੇ ਚ ਖਿਲਾਰ ਕੇ ਮੈਨੂੰ ਵੱਢ ਦਿਓ ਜੀ।
ਕਿਤੇ ਜਾਣ ਦੀ ਲੋੜ ਨਹੀਂ, ਪੰਜਾਂ ਪਿਆਰਾਂ ਕੋਲ ਜਾਓ ਤੇ ਰਹਿਤ ਚ ਰਹੋ, ਰਹਿਣੀ ਰਹੇ ਸੋਈ ਸਿੱਖ ਮੇਰਾ। ਪਰ ਗੱਲ ਤੇ ਹੈ ਨਾ, ਸਸਤਾ ਸੌਦਾ ਲੈਣਾ ਤੇ ਇੱਥੇ ਸੌਦਾ ਸਸਤਾ ਨਹੀਂ ਜੇ ਮਿਲਦਾ, ਇੱਥੇ ਸੌਦਾ ਸਿਰੋ ਸਿਰੇ ਸਤਿਗੁਰ ਅੱਗੇ ਸੀਸ ਭੇਟ ਦਿਓ। ਸੀਸ ਭੇਟ ਦਿਓਗੇ ਤੇ ਸਿੱਖੀ ਮਿਲੇਗੀ, ਜੇ ਸੀਸ ਭੇਟ ਨਹੀਂ ਦਿੰਦੇ ਤੇ ਸਿੱਖੀ ਨਹੀਂ ਮਿਲਣੀ। ਬਾਕੀ ਕੱਲ੍ਹ ਨੂੰ ਉਹਨਾਂ ਫੁੱਲਾਂ ਦੀ ਖਿਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।